ਸਨੀ ਦਿਓਲ ਵੱਲੋਂ ਆਪਣਾ ਕੁਝ ਦੇਰ ਬਾਅਦ ਨਾਮਾਂਕਨ ਪੱਤਰ ਦਾਖਲ ਕੀਤਾ ਜਾਣਾ ਹੈ ਅਤੇ ਭਾਜਪਾ ਵੱਲੋਂ ਪੂਰੀ ਤਿਆਰੀ ਕਰ ਲਿੱਤੀ ਗਈ ਹੈ ਕਿਉਂਕਿ ਕਾਫੀ ਹੌਟ ਸੀਟ ਮੰਨੀ ਜਾ ਰਹੀ ਹੈ। ਇੱਕ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਹੈ ਅਤੇ ਦੂਜੇ ਪਾਸੇ ਫਿਲਮ ਅਭਿਨੇਤਾ ਸਨੀ ਦਿਓਲ। ਸਾਡੇ ਨਾਲ ਹੈਗੇ ਕਮਲ ਸ਼ਰਮਾ, ਭਾਜਪਾ ਦੇ ਸਾਬਕਾ ਪ੍ਰਧਾਨਾਂ ਨਾਲ ਗੱਲ ਕਰਦੇ ਹਾਂ। ਕਮਲ ਜੀ, ਕਿਸ ਤਰੀਕੇ ਦੀ ਤਿਆਰੀ, ਕਿਉਂਕਿ ਰਣਨੀਤੀ ਜਿਹੜੀ ਬਣਾਈ ਗਈ ਹੈ, ਕਾਂਗਰਸ ਜਿਹੜੀ ਪਿਛਲੀ ਬਾਈਪੋਲ ਸੀਗੀ ਉਹ ਬਾਈਪੋਲ ਲਗਭਗ 2 ਲੱਖ ਵੋਟਾਂ ਤੋਂ ਜਿੱਤੀ ਸੀਗੀ, ਅਤੇ ਹੁਣ ਕਿਸ ਤਰੀਕੇ ਦੀ ਸਟ੍ਰੈਟੇਜੀ ਭਾਜਪਾ ਦੀ ਅਤੇ ਸਨੀ ਦਿਓਲ ਦਾ ਕਿਸ ਤਰੀਕੇ ਦਾ ਪ੍ਰਚਾਰ ਰਹੇ? ਦੇਖੋ, ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਉਹ ਅਲੱਗ ਤਰ੍ਹਾਂ ਦੀ ਚੋਣ ਹੁੰਦੀ ਹੈ, ਔਰ ਉਹ 'ਚ ਹਮੇਸ਼ਾ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਉਹਨੂੰ ਐਡਵਾਂਟੇਜ ਹੁੰਦਾ ਹੀ ਹੈ। ਸਰਕਾਰਾਂ ਬਹਿ ਕੇ ਜ਼ਿਮਨੀ ਚੋਣ ਜਿਹੜੀਆਂ ਉਹ ਲੜਾਉਂਦੀਆਂ, ਔਰ ਪਿਛਲੀ ਚੋਣ ਵੇਲੇ ਇਹ ਵੀ ਇੱਕ ਕਹਿ ਲਓ ਕਿ ਗੱਲ ਸੀ ਕਿ ਕਾਂਗਰਸ ਦੀ ਸਰਕਾਰ ਆਇਆ ਹਜੇ 3-4 ਮਹੀਨੇ ਹੀ ਹੋਏ ਸੀ, ਝੂਠ ਚੱਲਦਾ ਪਿਆ ਸੀ। ਹੁਣ ਝੂਠ ਜਿਹੜਾ ਹੈ ਉਹ ਲੋਕਾਂ ਦੇ ਮਨਾਂ ਤੋਂ ਉੱਤਰ ਗਿਆ। ਇਸ ਵੇਲੇ ਲੋਕ ਜਿਹੜਾ ਹੈ ਉਹ ਜਿਸ ਤਰ੍ਹਾਂ ਦਾ ਲੋਕਾਂ ਨੂੰ ਲਾਲਚ ਦਿੱਤਾ ਗਿਆ, ਝੂਠ ਬੋਲਿਆ ਗਿਆ, ਵਾਅਦੇ ਕੀਤੇ ਗਏ, ਲਾਰੇ ਲਾਏ ਗਏ, ਉਹਦਾ ਲੋਕ ਜਿਹੜਾ ਉਹ ਜਵਾਬ ਦੇਣ ਦੇ ਮੂਡ 'ਚ ਨੇ। ਇਸ ਕਰਕੇ ਮੈਨੂੰ ਤਾਂ ਬਿਲਕੁਲ ਸਪਸ਼ਟ ਲੱਗ ਰਿਹਾ ਕਿ ਪੂਰੇ ਪੰਜਾਬ 'ਚ ਹੀ ਇਸ ਵਾਰ ਕਾਂਗਰਸ ਦੀ ਬੁਰੀ ਹਾਲਤ ਹੋਣ ਵਾਲੀ ਹੈ। ਅਤੇ ਸਨੀ ਦਿਓਲ ਕਿੰਨਾ ਵੱਡਾ ਤੁਸੀਂ ਚਿਹਰਾ ਮੰਨਦੇ ਹੋ, ਕਿਉਂਕਿ ਭਾਜਪਾ ਪੂਰੀ ਆਪਣੀ ਤਾਕਤ ਜਿਹੜੀ ਹੈ ਉਹ ਗੁਰਦਾਸਪੁਰ ਖਾਸ ਤੌਰ 'ਤੇ ਚੌਂਕੇਗੀ, ਕਿਸ ਤਰੀਕੇ ਦੀ ਤਿਆਰੀ ਭਾਜਪਾ ਵੱਲੋਂ ਕੀਤੀ ਜਾਣੀ, ਸੰਗਠਨ ਤੋਂ ਕਿਸ ਤਰੀਕੇ? ਨਹੀਂ, ਸਨੀ ਦਿਓਲ ਬਹੁਤ ਵੱਡਾ ਚਿਹਰਾ ਨੇ, ਅਸੀਂ ਸਾਰੇ ਜਾਣਦੇ ਹੀ ਹਾਂ। ਉਹਨਾਂ ਦੀ ਆਪਣੀ ਸ਼ਖਸੀਅਤ, ਉਹਨਾਂ ਦੀ ਆਪਣੀ ਜਿਹੜੀ ਮਕਬੂਲੀਅਤ ਹੈ ਉਹ ਬਹੁਤ ਵੱਡੀ ਹੈ, ਔਰ ਉਹ ਜਿਸ ਪਰਿਵਾਰ ਤੋਂ ਆਉਂਦੇ ਹੈ, ਧਰਮਿੰਦਰ ਜੀ, ਹੇਮਾ ਮਾਲਨੀ, ਉਹਨਾਂ ਦੇ ਛੋਟੇ ਭਾਈ ਬੌਬੀ ਦਿਓਲ, ਉਹ ਸਾਰੇ ਬਹੁਤ ਵੱਡੇ ਨਾਮ ਨੇ ਸਾਡੇ ਸਿਨੇਮਾ ਜਗਤ ਦੇ, ਔਰ ਪੰਜਾਬ ਦੀਆਂ ਦੇ ਵਿੱਚ ਤਾਂ ਉਹਨਾਂ ਦੀ ਜਿਹੜਾ ਹੈ ਹੀ ਹੈ, ਜੱਟ ਸਿੱਖ ਪਰਿਵਾਰ ਤੋਂ ਨੇ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਨੀ ਜਿਹੜੇ ਹੈ ਉਹ ਨਾ ਸਿਰਫ ਇਸ ਸੀਟ ਵਾਸਤੇ, ਪੰਜਾਬ ਵਾਸਤੇ, ਔਰ ਪੂਰੇ ਦੇਸ਼ ਵਾਸਤੇ ਸਾਡੇ ਵਾਸਤੇ ਇੱਕ ਐਸੈਟ ਨੇ। ਪੂਰੇ ਦੇਸ਼ ਭਰ ਦੇ ਵਿੱਚ ਕੈਂਪੇਨ ਕਰਨਗੇ ਸਨੀ? ਕਰ ਰਹੇ, ਆਲਰੇਡੀ ਕਰ ਰਹੇ, ਰਾਜਸਥਾਨ ਹੋ ਕੇ ਆਏ, ਅੱਜ ਮੁੰਬਈ ਜਾ ਰਹੇ ਕਰਨ ਤੋਂ ਬਾਅਦ, ਕਾਗਜ਼ ਦਾਖਲ ਕਰਨ ਤੋਂ ਬਾਅਦ। ਅਤੇ ਕਦੋਂ ਤੋਂ ਆਪਣਾ ਪ੍ਰਚਾਰ ਪੂਰੇ ਸਿਖਰਾਂ 'ਤੇ ਇੱਥੇ ਕਰਨਗੇ? 1 ਤਰੀਕ ਰਾਤ ਨੂੰ ਆ ਜਾਣਗੇ, ਔਰ 2 ਤਰੀਕ ਤੋਂ ਫਿਰ ਵਿਧੀਵਤ ਤਰੀਕੇ ਨਾਲ ਸਾਰੇ ਜਿਹੜੇ ਵਿਧਾਨ ਸਭਾ ਹਲਕੇ ਆ ਉਹਨਾਂ ਦਾ ਪ੍ਰਚਾਰ ਉੱਥੇ ਸ਼ੁਰੂ ਹੋ ਜਾਏਗਾ। ਕਮਲ ਜੀ, ਮੁੱਖ ਮੰਤਰੀ ਦੀ ਗੱਲ ਕਰੀਏ, ਮੁੱਖ ਮੰਤਰੀ ਕਹਿੰਦੇ ਨੇ ਕਿ ਉਹ ਸਿਰਫ ਇੱਕ ਫਿਲਮੀ ਅਦਾਕਾਰ ਹੈਗੇ ਆ, ਉਸ ਤੋਂ ਜ਼ਿਆਦਾ ਕੁਛ ਨਹੀਂ, ਉਹ ਤਾਂ ਉਹਨਾਂ ਨੂੰ ਇਸ ਤੋਂ ਇਲਾਵਾ ਹੋਰ ਜਾਣਦੇ ਵੀ ਨਹੀਂ ਹੈ, ਉਹਨਾਂ ਨੇ ਨਾ ਅੱਜ ਤੱਕ ਕੋਈ ਪਿਕਚਰ ਦੇਖੀ ਉਹਨਾਂ ਦੀ, ਲੇਕਿਨ ਜਿਸ ਤਰੀਕੇ ਦੇ ਨਕਲੀ ਅਤੇ ਅਸਲੀ ਫੌਜੀ ਦੇ ਵਿੱਚ ਇਹ ਰਾਜਨੀਤੀ ਪੂਰੀ ਹੋ ਰਹੀ ਹੈ, ਕੀ ਕਹਿਣਾ ਚਾਹੋਗੇ, ਕਿਉਂਕਿ ਆਮ ਆਦਮੀ ਪਾਰਟੀ ਵੀ ਇਸੀ ਨੂੰ ਲੈ ਕੇ ਜਿਹੜੀ ਮੁੱਦਾ ਬਣਾ ਰਹੀ ਹੈ? ਦੇਖੋ, ਇਸ ਤਰ੍ਹਾਂ ਜੀ ਕਿ ਮੁੱਖ ਮੰਤਰੀ ਨੂੰ ਆਪਣੀ ਪੋਸਟ ਦਾ, ਆਪਣੀ ਕੁਰਸੀ ਦਾ ਥੋੜ੍ਹਾ ਲਿਹਾਜ਼ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਹੇਠਲੇ ਦਰਜੇ ਦੀ ਬਿਆਨਬਾਜ਼ੀ 'ਚ ਪੈਣਾ ਨਹੀਂ ਚਾਹੀਦਾ ਕਿ ਉਹ ਅਸਲੀ ਹੈ ਕਿ ਨਕਲੀ ਹੈ। ਮੈਨੂੰ ਲੱਗਦਾ ਹੈ ਕਿ ਸਨੀ ਦਿਓਲ ਦੀ ਲੋਕਪ੍ਰਿਯਤਾ ਜਿਹੜੀ ਹੈ ਉਹ ਇਸ ਗੱਲ ਦੀ ਮੁਹਤਾਜ ਨਹੀਂ ਕਿ ਕੈਪਟਨ ਸਾਹਿਬ ਜਾ ਕੇ ਉਹਨਾਂ ਦੀ ਫਿਲਮ ਦੇਖੇ ਆਣ ਜਾਂ ਨਾ ਦੇਖੇ ਆਣ। ਸਨੀ ਦਾ ਇੱਕ ਆਪਣੀ ਜਗ੍ਹਾ ਹੈ, ਔਰ ਜਿੱਦ ਤੱਕ ਗੱਲ ਹੈ ਕਿ ਉਹ ਰਾਜਨੀਤੀ 'ਚ ਉਹਨਾਂ ਦਾ ਕੋਈ ਲੈਣਾ ਦੇਣਾ, ਜਦੋਂ ਵਿਨੋਦ ਖੰਨਾ ਆਏ ਸੀ ਉਦੋਂ ਵੀ ਕਾਂਗਰਸੀ ਨੇ ਹੀ ਕਿਹਾ ਸੀ, ਔਰ ਵਿਨੋਦ ਖੰਨਾ ਇੱਥੋਂ 4 ਵਾਰ ਜਿੱਤੇ ਆਪਣੇ ਕੰਮਾਂ ਕਰਕੇ ਜਿੱਤੇ, ਔਰ ਸਨੀ ਦਿਓਲ ਵੀ ਜਿਹੜੇ ਵਿਨੋਦ ਖੰਨਾ ਦੇ ਅਧੂਰੇ ਕੰਮ ਹੈ ਉਹਨਾਂ ਨੂੰ ਲੈ ਕੇ ਅੱਗੇ ਜਾਣਗੇ, ਉਹਨਾਂ ਦੇ ਪੂਰਨਿਆਂ 'ਤੇ ਚੱਲਣਗੇ। ਅਕਾਲੀ ਦਲ ਵੀ ਨਾਲ ਹੈਗਾ? ਬਿਲਕੁਲ ਹੈ, ਅਕਾਲੀ ਦਲ ਬਿਲਕੁਲ ਨਾਲ ਹੈ, ਔਰ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਅੱਜ ਰੈਲੀ 'ਚ ਪਹੁੰਚ ਰਹੀ ਹੈ। ਜਗਮੀਤ ਬਰਾੜ ਜਿਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਉਹ ਵੀ ਅੱਜ ਰੈਲੀ ਦੇ ਵਿੱਚ ਆ ਰਹੇ। ਬਿਲਕੁਲ, ਇਹ ਸੀਗੇ ਕਮਲ ਸ਼ਰਮਾ ਜਿਹੜੇ ਕਿ ਸਾਫ ਦੱਸ ਰਹੇ ਨੇ ਕਿ ਭਾਜਪਾ ਪੂਰੀ ਇੱਥੋਂ ਇੱਕ ਵੱਡੀ ਜਿੱਤ ਦੇ ਨਾਲ ਜਿਹੜੀ ਹੈ ਸਾਂਸਦ ਬਣਾਏਗੀ ਸਨੀ ਦਿਓਲ ਨੂੰ, ਕਿਉਂਕਿ ਸਨੀ ਦਿਓਲ ਇੱਕ ਵੱਡਾ ਚਿਹਰਾ ਹੈ ਅਤੇ ਜਿਸ ਤਰੀਕੇ ਦੀ ਕਾਂਗਰਸ ਲਗਾਤਾਰ ਜਿਹੜੀ ਰਾਜਨੀਤੀ ਕਰਦੀ ਹੈ ਉਹ ਇੱਕ ਇਸ ਵਾਰ ਫਿਰ ਜਿਹੜਾ ਸਨੀ ਦਿਓਲ ਤੋਂ ਫਿੱਤੇ ਨਿਸ਼ਾਨਾ ਸਾਧ ਰਹੀ ਹੈ। ਅਸਲੀ ਅਤੇ ਨਕਲੀ ਫੌਜੀ ਦੀ ਕੋਈ ਕਹਾਣੀ ਨਹੀਂ ਹੈ, ਜਦਕਿ ਸਨੀ ਦਿਓਲ ਦਾ ਇੱਕ ਵੱਡਾ ਜਿਹੜਾ ਨਾਂ ਹੈਗਾ, ਪੂਰਾ ਉਹਨਾਂ ਦਾ ਪਰਿਵਾਰ ਰਾਜਨੀਤੀ ਤੋਂ ਆਉਂਦਾ, ਭਾਜਪਾ ਦੇ ਹੀ ਤੋਂ ਹੀ ਉਹ ਚੋਣ ਲੜੀ, ਅਤੇ ਅੱਜ ਸਨੀ ਦਿਓਲ ਆਪਣਾ ਨਾਮਾਂਕਣ ਦਾਖਲ ਕਰਨ ਤੋਂ ਬਾਅਦ ਮੁੰਬਈ ਰਵਾਨਾ ਹੋ ਜਾਣਗੇ, ਤਾਂ ਉਸ ਤੋਂ ਬਾਅਦ 1 ਤਰੀਕ ਰਾਤ ਨੂੰ ਇੱਥੇ ਪਹੁੰਚਣਗੇ, ਅਤੇ 1 ਤਰੀਕ ਤੋਂ ਲੈ ਕੇ 17 ਮਈ ਤੱਕ ਉਹ ਇੱਥੇ ਪੂਰੇ ਤਰੀਕੇ ਨਾਲ ਚੋਣ ਪ੍ਰਚਾਰ 'ਚ ਜੁਟਣਗੇ। ਅੱਜ ਉਹ ਇੱਥੋਂ ਨਾਮਾਂਕਣ ਦਾਖਲ ਕਰਨ ਤੋਂ ਬਾਅਦ ਸਿੱਧੇ ਮੁੰਬਈ ਲਈ ਰਵਾਨਾ ਹੋ ਜਾਣਗੇ, ਜਿੱਥੇ ਜਾ ਕੇ ਉਹ ਪ੍ਰਚਾਰ ਕਰਨਗੇ। ਗੁਰਦਾਸਪੁਰ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।